ਓਨਟਾਰੀਓ ਦੀ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਦੀ ਦੌੜ ਵਿੱਚ ਹਿੱਸਾ ਲੈਣ ਲਈ ਕ੍ਰੋਮਬੀ ਨੇ ਨਾਂ ਕਰਵਾਇਆ ਰਜਿਸਟਰ। ਮਿਸੀਸਾਗਾ ਦੀ ਮੇਅਰ ਬੋਨੀ ਕ੍ਰੋਮਬੀ ਵੱਲੋਂ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਲੀਡਰ ਦੇ ਅਹੁਦੇ ਦੀ ਦੌੜ ਵਿੱਚ ਹਿੱਸਾ ਲੈਣ ਲਈ ਆਪਣਾ ਨਾਂ ਰਸਮੀ ਤੌਰ ਉੱਤੇ ਰਜਿਸਟਰ ਕਰਵਾ ਲਿਆ ਗਿਆ ਹੈ। ਬੁੱਧਵਾਰ ਨੂੰ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਵਿੱਚ ਕ੍ਰੋਮਬੀ ਵੱਲੋਂ ਇਸ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਲੀਡਰਸ਼ਿਪ ਦੇ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਦਾ ਪਤਾ ਲਾਉਣ ਵਾਸਤੇ ਕ੍ਰੋਮਬੀ ਨੇ ਮਈ ਦੇ ਅਖੀਰ ਵਿੱਚ ਇਹ ਪੁਸ਼ਟੀ ਕੀਤੀ ਸੀ ਕਿ ਉਹਨਾਂ ਵੱਲੋਂ ਐਕਸਪਲੋਰੇਟਰੀ ਕਮੇਟੀ ਕਾਇਮ ਕੀਤੀ ਗਈ ਹੈ। ਕ੍ਰੋਮਬੀ ਦੇ ਇਸ ਫੈਸਲੇ ਦੀਆਂ ਕਨਸੋਆਂ ਮਿਲਣ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਸੀ ਕਿ ਕ੍ਰੋਮਬੀ ਦੋ ਕਿਸ਼ਤੀਆਂ ਵਿੱਚ ਪੈਰ ਰੱਖਣਾ ਚਾਹੁੰਦੀ ਹੈ ਅਤੇ ਅਜਿਹਾ ਕਰਨਾ ਮਿਸੀਸਾਗਾ ਵਾਸੀਆਂ ਦੇ ਨਾਲ ਸਹੀ ਨਹੀਂ ਹੋਵੇਗਾ। ਉਹਨਾਂ ਆਖਿਆ ਸੀ ਕਿ ਕ੍ਰੋਮਬੀ ਨੂੰ ਮੇਅਰ ਦੇ ਅਹੁਦੇ ਉੱਤੇ ਰਹਿੰਦਿਆਂ ਲਿਬਰਲ ਆਗੂ ਵਜੋਂ ਨਹੀਂ ਖੜ੍ਹੇ ਹੋਣਾ ਚਾਹੀਦਾ, ਪਰ ਇਸ ਦੇ ਜਵਾਬ ਵਿੱਚ ਕ੍ਰੋਮਬੀ ਨੇ ਆਖਿਆ ਸੀ ਕਿ ਮੇਅਰ ਰਹਿੰਦਿਆਂ ਲਿਬਰਲ ਉਮੀਦਵਾਰ ਵਜੋਂ ਲੜਨ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣ ਵਾਲੀ ਅਤੇ ਉਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇਗੀ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਕੂੜੇਦਾਨ ਵਿੱਚੋਂ ਮਿਲੀ ਲਾਪਤਾ ਵਿਅਕਤੀ ਦੀ ਲਾਸ਼। ਪਿਛਲੇ ਹਫ਼ਤੇ ਇੱਕ ਲਾਪਤਾ ਵਿਅਕਤੀ ਦੀ ਲਾਸ਼ ਕੂੜੇਦਾਨ ਵਿੱਚੋਂ ਮਿਲਣ ਤੋਂ ਬਾਅਦ ਟੋਰਾਂਟੋ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਵੀਰਵਾਰ 8 ਜੂਨ ਨੂੰ ਸਿਟੀ ਦੇ ਡਾਊਨਟਾਊਨ ਵਿੱਚ ਈਸਟ ਲਿਬਰਟੀ ਸਟਰੀਟ ਅਤੇ ਵੈਸਟਰਨ ਬੈਟਰੀ ਰੋਡ ਏਰੀਆ ਵਿੱਚ ਫਸਟ ਰਿਸਪੋਂਸ ਨੂੰ ਦੱਸਿਆ ਗਿਆ। ਟੋਰਾਂਟੋ ਫਾਇਰ ਸਰਵਿਸਿਜ਼ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਸ ਯੂਨਿਟ ਨੂੰ 54 ਈਸਟ ਲਿਬਰਟੀ ਸਥਿਤ ਗਾਰਬੇਜ ਕੰਪੈਕਟਰ ਰੂਮ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਕਾਰਨ ਸੱਦਿਆ ਗਿਆ ਹੈ, ਪਰ ਕਿਸੇ ਨੇ ਵੀ ਇਸ ਤਰ੍ਹਾਂ ਦੀ ਮੈਡੀਕਲ ਸਹਾਇਤਾ ਦੀ ਲੋੜ ਨਹੀਂ ਹੈ। ਮੰਗਲਵਾਰ ਨੂੰ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਇਸ ਕੂੜੇਦਾਨ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸ਼ਖਸ ਦੀ ਪਛਾਣ ਟੋਰਾਂਟੋ ਦੇ 53 ਸਾਲਾ ਰਿਆਜ਼ ਹਬੀਬ ਵਜੋਂ ਹੋਈ ਹੈ। ਇਸ ਤੋਂ ਇੱਕ ਹਫ਼ਤਾ ਪਹਿਲਾਂ ਸ਼ੁੱਕਰਵਾਰ ਨੂੰ ਲਾਪਤਾ ਵਿਅਕਤੀ ਦੇ ਸੰਬੰਧ ਵਿੱਚ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਸੀ, ਜਿਸ ਵਿੱਚ ਆਖਿਆ ਗਿਆ ਸੀ ਕਿ 5 ਜੂਨ ਤੋਂ ਹਬੀਬ ਨੂੰ ਨਹੀਂ ਵੇਖਿਆ ਗਿਆ ਹੈ ਅਤੇ ਪੁਲਿਸ ਉਸ ਦੀ ਸੇਫਟੀ ਨੂੰ ਲੈ ਕੇ ਚਿੰਤਤ ਹੈ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਚਾਓ ਦੇ ਸਮਰਥਨ ਵਿੱਚ ਆਈ ਮਾਮੂਲੀ ਗਿਰਾਵਟ। ਇੱਕ ਨਵੇਂ ਸਰਵੇਖਣ ਅਨੁਸਾਰ ਭਾਵੇਂ ਓਲੀਵੀਆ ਚਾਓ ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਆਪਣੇ ਨਾਲ ਦੇ ਉਮੀਦਵਾਰਾਂ ਤੋਂ ਕਾਫ਼ੀ ਅੱਗੇ ਚੱਲ ਰਹੀ ਹੈ, ਪਰ ਤਾਜ਼ਾ ਰਿਪੋਰਟ ਅਨੁਸਾਰ ਉਸਦੇ ਸਮਰਥਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਫੋਰਮ ਰਿਸਰਚ ਵੱਲੋਂ ਜਾਰੀ ਕੀਤੇ ਗਏ ਆਪਣੇ ਨਵੇਂ ਸਰਵੇਖਣ ਦੇ ਨਤੀਜਿਆਂ ਅਨੁਸਾਰ ਚਾਓ ਨੂੰ ਇਸ ਸਮੇਂ 35% ਲੋਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ, ਜੋ ਕਿ 2 ਜੂਨ ਨੂੰ ਕਰਵਾਏ ਗਏ ਸਰਵੇਖਣ ਨਾਲੋਂ 3% ਅੰਕ ਘੱਟ ਹੈ। ਉਸ ਸਮੇਂ ਚਾਓ ਨੂੰ 38% ਸਮਰਥਨ ਹਾਸਲ ਹੋ ਰਿਹਾ ਸੀ। ਇਸ ਦੌਰਾਨ ਚਾਓ ਦੇ ਕੁਝ ਕੁ ਵਿਰੋਧੀ ਉਮੀਦਵਾਰਾਂ ਦੇ ਸਮਰਥਨ ਵਿੱਚ ਵੀ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਮਾਰਕ ਸਾਂਡਰਸ ਅਤੇ ਐਂਥਨੀ ਫੁਰੇ ਨੂੰ ਕ੍ਰਮਵਾਰ 14% ਅਤੇ 11% ਸਮਰਥਨ ਹਾਸਲ ਹੋ ਰਿਹਾ ਹੈ। ਸਰਵੇਖਣ ਅਨੁਸਾਰ ਐਨਾ ਬਾਇਲਾਓ ਦੇ ਸਮਰਥਨ ਵਿੱਚ 2% ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਹੁਣ ਕੁੱਲ ਮਿਲਾ ਕੇ 10% ਸਮਰਥਨ ਮਿਲ ਰਿਹਾ ਹੈ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਸਪੀਕਰ ਦੇ ਪੋਰਟਰੇਟ ਦੀ ਘੁੰਡ ਚੁਕਾਈ ਵਰਗੇ ਈਵੈਂਟ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਮੱਲੀ। ਕੈਨੇਡੀਅਨ ਐਸੋਸੀਏਸ਼ਨ ਆਫ ਫੋਰਮਸ ਪਾਰਲੀਮੈਂਟਰੀਅਨਸ ਵੱਲੋਂ ਬੀਤੇ ਦਿਨੀ ਆਪਣੀ ਸਾਲਾਨਾ ਜਨਰਲ ਮੀਟਿੰਗ ਆਟਵਾ ਵਿੱਚ ਪਾਰਲੀਮੈਂਟ ਹਿੱਲ ਵਿਖੇ ਕੀਤੀ ਗਈ। ਇਹ ਬਹੁਤ ਹੀ ਵਧੀਆ ਢੰਗ ਨਾਲ ਆਯੋਜਿਤ ਪ੍ਰੋਗਰਾਮ ਸੀ ਅਤੇ ਇਸ ਦੌਰਾਨ ਪਿਛਲੇ ਸਾਲ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ 27 ਸਾਲਾ ਸਾਬਕਾ ਪਾਰਲੀਮੈਂਟਰੀਜ਼ ਲਈ ਮੈਮੋਰੀਅਲ ਸਰਵਿਸਿਜ਼ ਦਾ ਆਯੋਜਨ ਵੀ ਕੀਤਾ ਗਿਆ। ਇਹ ਹਮੇਸ਼ਾ ਹੀ ਕਮਾਲ ਦੀ ਸਰਵਿਸ ਹੁੰਦੀ ਹੈ, ਜਿੱਥੇ ਮ੍ਰਿਤਕ ਮੈਂਬਰਾਂ ਦੇ ਪਰਿਵਾਰਾਂ ਨੂੰ ਸੱਦਿਆ ਜਾਂਦਾ ਹੈ। ਇਸ ਦੌਰਾਨ ਲੀਓ ਡਗੂਏ ਲਈ ਵਿਸ਼ੇਸ਼ ਟ੍ਰਿਬਿਊਟ ਡਿਨਰ ਵੀ ਰੱਖਿਆ ਗਿਆ। ਲੰਚ ਦੌਰਾਨ ਸਾਬਕਾ ਪਾਰਲੀਮੈਂਟਰੀ ਨੂੰ ਸਟੀਵ ਪਾਇਕਿਨ ਦੀ ਨਵੀਂ ਬੁੱਕ ਬਾਰੇ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਵੀ ਮਿਲਿਆ। ਇਹ ਸਾਲਾਨਾ ਇਕੱਠ ਸਾਬਕਾ ਪਾਰਲੀਮੈਂਟੋਰੀਅਨਸ ਦੇ ਲਈ ਆਪਣੇ ਕੁਲੀਗਸ ਅਤੇ ਦੋਸਤਾਂ ਨਾਲ ਮੁਲਾਕਾਤ ਕਰਨ ਦਾ ਬਹੁਤ ਹੀ ਵਧੀਆ ਮੌਕਾ ਹੈ। ਇਸ ਪ੍ਰੋਗਰਾਮ ਵਿੱਚ ਗੁਰਬਖਸ਼ ਸਿੰਘ ਮੱਲੀ ਨੇ ਵੀ ਹਿੱਸਾ ਲਿਆ। AGM ਤੋਂ ਬਾਅਦ ਮੱਲੀ ਨੂੰ 36ਵੀਂ ਪਾਰਲੀਮੈਂਟ ਦੇ ਸਪੀਕਰ ਦੇ ਪੋਰਟਰੇਟ ਦੀ ਘੁੰਡ ਚੁਕਾਈ ਲਈ ਵੀ ਉਚੇਚੇ ਤੌਰ 'ਤੇ ਸੱਦਿਆ ਗਿਆ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਲੈ ਕੇ ਵੱਡੀ ਖਬਰ। ਇਮੀਗ੍ਰੇਸ਼ਨ ਮੰਤਰੀ ਨੇ ਕਹੀ ਇਹ ਗੱਲ। ਕੈਨੇਡਾ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਸਹਿਮਤੀ ਪ੍ਰਗਟਾਈ ਹੈ ਕਿ ਧੋਖੇਬਾਜ਼ ਸਲਾਹਕਾਰਾਂ ਦੁਆਰਾ ਧੋਖਾਧੜੀ ਦੇ ਸ਼ਿਕਾਰ ਪੀੜਤ ਵਿਦਿਆਰਥੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਫਰੈਂਡਸ ਆਫ ਕੈਨੇਡਾ ਅਤੇ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਇਸ ਬਿਆਨ ਨੂੰ ਵਿਦਿਆਰਥੀਆਂ ਲਈ ਵੱਡੀ ਰਾਹਤ ਦੱਸਿਆ ਹੈ। ਪ੍ਰਵਾਸੀ ਮੰਤਰੀ ਨੇ ਹਾਊਸ ਤੋਂ ਕਿਹਾ ਹੈ ਕਿ ਸਰਕਾਰ ਇੱਕ ਪ੍ਰਕਿਰਿਆ 'ਤੇ ਹੈ ਤਾਂ ਜੋ ਬੇਕਸੂਰ ਵਿਦਿਆਰਥੀ ਕੈਨੇਡਾ ਵਿੱਚ ਰਹਿ ਸਕਣ। ਮੰਤਰੀ ਫਰੇਜ਼ਰ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਖੁਦ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਉਹ ਇੱਕ ਪ੍ਰਕਿਰਿਆ ਬਣਾਉਣਗੇ ਜਿੱਥੇ ਉਹਨਾਂ ਨੂੰ ਇਹ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿ ਉਹਨਾਂ ਨਾਲ ਧੋਖਾਧੜੀ ਹੋਈ ਹੈ। ਉਹਨਾਂ ਦੀ ਮੁਸੀਬਤ ਦਾ ਵਾਜਬ ਹੱਲ ਪ੍ਰਦਾਨ ਕੀਤਾ ਜਾਵੇਗਾ। ਫਰੇਜ਼ਰ ਨੇ ਦੁਹਰਾਇਆ ਹੈ ਕਿ ਉਹ ਬੇਕਸੂਰ ਵਿਦਿਆਰਥੀਆਂ ਦੀ ਮਦਦ ਕਰਨਗੇ।
ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਚੀਨ ਨੇ ਅਮਰੀਕਾ ਵੱਲੋਂ ਕੰਪਨੀਆਂ 'ਤੇ ਲਾਈਆਂ ਨਵੀਆਂ ਪਾਬੰਦੀਆਂ ਦੀ ਕੀਤੀ ਆਲੋਚਨਾ। ਚੀਨ ਨੇ ਮੰਗਲਵਾਰ ਨੂੰ ਅਮਰੀਕਾ ਵੱਲੋਂ ਕੰਪਨੀਆਂ 'ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੀ ਆਲੋਚਨਾ ਕੀਤੀ ਹੈ, ਜਿਨ੍ਹਾਂ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਕਿ ਉਹ ਚੀਨ ਦੇ ਫੌਜੀ ਪਾਇਲਟਾਂ ਨੂੰ ਸਿਖਲਾਈ ਦੇ ਰਹੀਆਂ ਹਨ ਅਤੇ ਹਥਿਆਰ ਦੇ ਵਿਕਾਸ ਵਿੱਚ ਬੀਜਿੰਗ ਦੀ ਮਦਦ ਕਰ ਰਹੀਆਂ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਵਾਸ਼ਿੰਗਟਨ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੀਆਂ ਕੰਪਨੀਆਂ ਦੇ ਕੰਮਕਾਜ ਨੂੰ ਰੋਕਣ ਲਈ ਨਿਰਯਾਤ ਨਿਯੰਤਰਣ ਕਦਮਾਂ ਦੀ ਦੁਰਵਰਤੋਂ ਬੰਦ ਕਰੇ। ਵਾਂਗ ਨੇ ਬੀਜਿੰਗ ਵਿੱਚ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਅਮਰੀਕਾ ਵਾਰ ਵਾਰ ਰਾਸ਼ਟਰੀ ਸੁਰੱਖਿਆ ਸਿਧਾਂਤ ਨੂੰ ਬਿਨਾਂ ਵਜ੍ਹਾ ਵਧਾ ਚੜਾ ਕੇ ਦੱਸ ਰਿਹਾ ਹੈ ਅਤੇ ਰਾਜ ਦੀ ਸ਼ਕਤੀ ਦੀ ਦੁਰਵਰਤੋਂ ਚੀਨੀ ਕੰਪਨੀਆਂ ਦਾ ਦਮਨ ਕਰਨ ਲਈ ਕਰ ਰਿਹਾ ਹੈ। ਉਹ ਸਿਰਫ ਅੰਤਰਰਾਸ਼ਟਰੀ ਆਰਥਿਕ ਵਿਵਸਥਾ ਅਤੇ ਵਪਾਰ ਨਿਯਮ ਨੂੰ ਭੰਗ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਹੈ ਕਿ ਇਹ ਅਨੈਤਿਕ ਪਾਗਲਪਨ ਦੇ ਪੱਧਰ ਤੱਕ ਪਹੁੰਚ ਗਿਆ ਹੈ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਸਮੁੰਦਰ ਕੰਢੇ ਮਰੀਆਂ ਹੋਈਆਂ ਮੱਛੀਆਂ ਦੇ ਲੱਗੇ ਅੰਬਾਰ ਪਰੇਸ਼ਾਨ ਕਰਨ ਵਾਲਾ ਮੰਜ਼ਰ ਆਇਆ ਸਾਹਮਣੇ। ਅਮਰੀਕਾ ਦੇ ਟੈਕਸਾਸ ਦੇ ਸਮੁੰਦਰ ਕੰਢੇ ਦੀਆਂ ਕੁਝ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਹਜ਼ਾਰਾਂ ਮਰੀਆਂ ਹੋਈਆਂ ਮੱਛੀਆਂ ਸਮੁੰਦਰ ਦੇ ਕੰਢੇ ਪਾਣੀ ਦੀ ਸਤ੍ਹਾ 'ਤੇ ਪਈਆਂ ਹੋਈਆਂ ਹਨ। ਨਿਊਯਾਰਕ ਪੋਸਟ ਮੁਤਾਬਿਕ ਸਥਾਨਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਬ੍ਰਿਜੋਰੀਆ ਕਾਉਂਟੀ ਵਿੱਚ ਕੁਇੰਟਾਨਾ ਬੀਚ ਕਾਉਂਟੀ ਪਾਰਕ ਦੇ ਤੱਟ ਤੋਂ ਕੁਝ ਮੀਲ ਦੀ ਦੂਰੀ 'ਤੇ ਬ੍ਰਿਜੋਸ ਨਦੀ ਨੇੜੇ ਬ੍ਰਾਇਨ ਬੀਚ 'ਤੇ ਮਰੀਆਂ ਹੋਈਆਂ ਮੈਨਹੈਡਨ ਮੱਛੀਆਂ ਦਾ ਝੁੰਡ ਪਾਇਆ ਗਿਆ ਹੈ। ਟੈਕਸਾਸ ਪਾਰਕਸ ਐਂਡ ਵਾਈਲਡ ਲਾਈਫ ਕਿਲਸ ਐਂਡ ਸਪਿਲਸ ਟੀਮ ਅਤੇ ਪਾਰਕ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵੱਡੇ ਪੈਮਾਨੇ 'ਤੇ ਮੱਛੀਆਂ ਦੀ ਮੌਤ ਪਾਣੀ ਵਿੱਚ ਘੱਟ ਆਕਸੀਜਨ ਕਾਰਨ ਹੋਈ ਹੈ। ਪਾਰਕ ਦੇ ਅਧਿਕਾਰੀਆਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਹੈ ਕਿ ਜਦੋਂ ਪਾਣੀ ਦਾ ਤਾਪਮਾਨ 70 ਡਿਗਰੀ ਫਾਰਨਹਾਈਟ ਤੋਂ ਉੱਪਰ ਹੋ ਜਾਂਦਾ ਹੈ ਤਾਂ ਮੈਨਹੈਡਨ ਮੱਛੀਆਂ ਦੇ ਲਈ ਜ਼ਿੰਦਾ ਰਹਿਣ ਲਈ ਲੋੜੀਂਦੀ ਆਕਸੀਜਨ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਭਾਰਤ ਪਹੁੰਚੇ ਅਮਰੀਕੀ ਐਨਐਸਏ ਜੈਕ ਸੁਲਵਿਨ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਨੇ ਮੰਗਲਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅਧਿਕਾਰਿਤ ਸੂਤਰਾਂ ਮੁਤਾਬਕ ਅਮਰੀਕੀ ਸੁਰੱਖਿਆ ਸਲਾਹਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਵੱਲੇ ਸਹਿਯੋਗ ਬਾਰੇ ਵੱਖ ਵੱਖ ਖੇਤਰਾਂ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰਧਾਨ ਮੰਤਰੀ ਮੋਦੀ ਦੀ ਰਾਜਸੀ ਯਾਤਰਾ 'ਤੇ ਉਹਨਾਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਵਿਆਪਕ ਗਲੋਬਲ ਰਣਨੀਤੀ ਸਾਂਝੇਦਾਰੀ ਵਧਣ ਅਤੇ ਮਜ਼ਬੂਤ ਹੋਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਹੈ ਕਿ ਉਹ ਰਾਸ਼ਟਰਪਤੀ ਬਾਈਡਨ ਨਾਲ ਆਪਸੀ ਹਿੱਤ ਦੇ ਦੁਵੱਲੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਉਪਯੋਗੀ ਮਾਤਰਾ ਦੇ ਗੱਲਬਾਤ ਨੂੰ ਲੈ ਕੇ ਉਤਸ਼ਾਹਿਤ ਹਨ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਲੰਡਨ ਸਿੱਖ ਫੋਰਮ ਇੰਟਰਨੈਸ਼ਨਲ ਵੱਲੋਂ ਕਰਵਾਇਆ ਗਿਆ 25ਵਾਂ ਸਾਲਾਨਾ ਸਨਮਾਨ ਸਮਾਰੋਹ। ਬੀਤੇ ਦਿਨ ਸਿੱਖ ਫੋਰਮ ਇੰਟਰਨੈਸ਼ਨਲ ਵੱਲੋਂ ਲੰਡਨ ਦੇ ਇਤਿਹਾਸਿਕ ਲਿੰਕਨਜ਼ ਹਾਊਸ ਵਿਖੇ ਸਿੱਖ ਅਵਾਰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੀਆਂ ਸਿੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਦਾ ਸਿੱਖ ਫੋਰਮ ਇੰਟਰਨੈਸ਼ਨਲ ਵੱਲੋਂ ਕਰਵਾਏ ਗਏ 25ਵੇਂ ਅਵਾਰਡ ਸਮਾਗਮ ਮੌਕੇ ਫੋਰਮ ਦੇ ਪ੍ਰੈਜੀਡੈਂਟ ਸਰਦਾਰ ਰਣਜੀਤ ਸਿੰਘ OBE ਨੇ ਅਵਾਰਡ ਸਮਾਗਮ ਨੂੰ ਕਿੰਗ ਚਾਰਲਸ 3 ਦੀ ਤਾਜਪੋਸ਼ੀ ਨੂੰ ਸਮਰਪਿਤ ਕਰਦਿਆਂ ਖਾਸ ਦੱਸਿਆ। ਉਹਨਾਂ ਕੋਵਿਡ ਮਹਾਂਮਾਰੀ ਦੌਰਾਨ ਅਤੇ ਯੂਕਰੇਨ ਯੁੱਧ ਮੌਕੇ ਸਿੱਖ ਸੰਸਥਾਵਾਂ ਵੱਲੋਂ ਕੀਤੀ ਮਦਦ ਦੀ ਸ਼ਲਾਘਾ ਕੀਤੀ। ਉਹਨਾਂ ਦੱਸਿਆ ਹੈ ਕਿ ਸਿੱਖ ਫੋਰਮ ਵੱਲੋਂ ਬ੍ਰਿਟਿਸ਼ ਸਿੱਖਾਂ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਕਾਰਜ ਸਿਰੇ ਚੜਾਏ ਗਏ ਹਨ ਅਤੇ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਰਾਹੀਂ ਪੰਜਾਬ ਵਿੱਚ ਲੋੜਵੰਦ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇਣ ਲਈ ਕਾਮਯਾਬ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ 'ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਸਨ ਫਾਊਂਡੇਸ਼ਨ ਰਾਹੀਂ ਮਾਨਵਤਾ ਦੀ ਸੇਵਾ ਦੇ ਲਈ ਸਿੱਖ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡੋਮੀਨੀਅਨਸ ਗਰੁੱਪ ਦੇ ਸੁਖਪਾਲ ਸਿੰਘ ਆਲੂਵਾਲੀਆ ਨੂੰ ਕਾਰੋਬਾਰ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਅਤੇ ਲੋਕ ਸੇਵਾ ਵਿੱਚ ਯੋਗਦਾਨ ਬਦਲੇ ਪਰਉਪਕਾਰੀ ਆਫ ਦਾ ਈਅਰ ਅਵਾਰਡ ਦਿੱਤਾ ਗਿਆ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਰਿਸ਼ੀ ਸੁਨਕ ਨੂੰ ਝਟਕਾ, UK ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਘਟੀ ਲੋਕਪ੍ਰਿਯਤਾ। ਬ੍ਰਿਟੇਨ ਦੀ ਅਗਵਾਈ ਕਰਨ ਵਾਲੇ ਸਰਵੋਤਮ ਵਿਅਕਤੀ ਹੋਣ ਦੇ ਮਾਮਲੇ ਵਿੱਚ ਰਿਸ਼ੀ ਸੁਨਕ ਦੀ ਨਿੱਜੀ ਰੇਟਿੰਗ ਉਸਦੇ ਪ੍ਰੀਮੀਅਰਸ਼ਿਪ ਦੇ ਸਭ ਤੋਂ ਹੇਠਲੇ ਪੱਧਰ ਤੱਕ ਖਿਸਕ ਗਈ ਹੈ, ਕਿਉਂਕਿ ਉਹ ਟੁੱਟ ਚੁੱਕੀ ਕੰਜ਼ਰਵੇਟਿਵ ਪਾਰਟੀ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਡੇਲੀ ਮੇਲ ਦੀ ਰਿਪੋਰਟ ਮੁਤਾਬਿਕ ਵੈਸਟਮਿੰਸਟਰ ਵਿੱਚ ਇੱਕ ਹਫ਼ਤੇ ਬਾਅਦ ਲੇਬਰ ਦੇ ਕੀਰ ਸਟਾਰਮਰ ਦੇ ਮੁਕਾਬਲੇ ਸੁਨਕ ਦੇ 10 ਪੁਆਇੰਟ ਹਨ, ਜਿਸ ਨੂੰ ਬਿਹਤਰ ਨੇਤਾ ਵਜੋਂ ਦੇਖਿਆ ਜਾਂਦਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਿਕ ਬੋਰਿਸ ਜੌਨਸਨ ਦੁਆਰਾ ਸੰਸਦ ਛੱਡਣ ਦਾ ਐਲਾਨ ਕਰਨ ਅਤੇ ਉਸਦੇ ਵਿਵਾਦਿਤ ਅਸਤੀਫੇ ਦੇ ਸਨਮਾਨਾਂ ਦੀ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਰੈੱਡ ਫੀਲਡ ਅਤੇ ਵਿਲਟਨ ਰਣਨੀਤੀਆਂ ਦੁਆਰਾ ਪੋਲ ਕੀਤੇ ਗਏ ਲੋਕਾਂ ਵਿੱਚੋਂ ਸਿਰਫ 33% ਦੁਆਰਾ ਉਹਨਾਂ ਸਮਰਥਨ ਕੀਤਾ ਗਿਆ ਸੀ। ਕੀਰ 43% 'ਤੇ ਸੀ ਅਤੇ ਉਸਦੀ ਨਿੱਜੀ ਪ੍ਰਵਾਨਗੀ ਰੇਟਿੰਗ ਵੀ 3 ਮੁੱਖ ਉਪ ਚੋਣਾਂ ਤੋਂ ਪਹਿਲਾਂ 4% ਵੱਧ ਗਈ ਹੈ, ਜੋ ਕਿ ਲੇਬਰ ਨੂੰ ਇਹ ਦਿਖਾਉਣ ਦੇ ਲਈ ਜਿੱਤਣ ਦੀ ਜ਼ਰੂਰਤ ਹੈ ਕਿ ਉਹ ਅਗਲੀਆਂ ਆਮ ਚੋਣਾਂ ਵਿੱਚ ਸੱਤਾ ਦੇ ਰਾਹ 'ਤੇ ਹਨ।